ਸੁਲਤਾਨ ਮਲਟੀਮੀਡੀਆ 786 ਚੈਨਲ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ। ਸਤਸੰਗਤ ਜੀ, ਜੇਕਰ ਤੁਹਾਡਾ ਵੀ ਮਨ ਡੋਲਦਾ ਹੈ, ਤੁਹਾਡਾ ਵੀ ਮਨ ਪਰੇਸ਼ਾਨ ਰਹਿੰਦਾ ਹੈ, ਜਾਂ ਇੰਝ ਲੱਗਦਾ ਹੈ ਕਿ ਮੇਰਾ ਕੋਈ ਸਹਾਰਾ ਨਹੀਂ ਹੈ ਅਤੇ ਚਾਰੇ ਪਾਸੇ ਹਨੇਰਾ ਹੀ ਨਜ਼ਰ ਆਉਂਦਾ ਹੈ, ਤਾਂ ਇਸ ਸ਼ਬਦ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਜ਼ਰੂਰ ਸੁਣਿਓ। ਤੁਹਾਡਾ ਮਨ ਵੀ ਟਿਕੇਗਾ ਅਤੇ ਦੁੱਖਾਂ ਤਕਲੀਫਾਂ ਵੀ ਇਨਸ਼ਾਅੱਲਾ ਜ਼ਰੂਰ ਦੂਰ ਹੋ ਜਾਣਗੀਆਂ। ਸੋ ਆਓ ਆਪਾਂ ਇਸ ਸ਼ਬਦ ਨੂੰ ਸਰਵਣ ਕਰੀਏ। ਉਹ ਕਾਨੂੰ ਮਨ ਸੋਚਾਂ ਵਿੱਚ ਪਾ ਲਿਆ, ਪੀਰ ਤੇ ਰੱਖੀਏ ਡੋਰੀ। ਕਾਨੂੰ ਮਨ ਸੋਚਾਂ ਵਿੱਚ ਪਾ ਲਿਆ, ਪੀਰ ਤੇ ਰੱਖੀਏ ਡੋਰੀ। ਉਹ ਕਾਨੂੰ ਮਨ ਭਰਮਾਂ ਵਿੱਚ ਪਾ ਲਿਆ, ਪੀਰ ਤੇ ਰੱਖੀਏ ਡੋਰੀ। ਕਾਨੂੰ ਮਨ ਭਰਮਾਂ ਵਿੱਚ ਪਾ ਲਿਆ, ਪੀਰ ਤੇ ਰੱਖੀਏ ਡੋਰੀ। ਦਾਨੀ ਵਾਂਗੂ ਰੱਖ ਤਸੱਲੀ, ਦਾਨੀ ਵਾਂਗੂ ਰੱਖ ਤਸੱਲੀ। ਉਹ ਜਿਹਨੇ ਮੋਇਆ ਲਾਲ ਖਲਾ ਲਿਆ, ਪੀਰ ਤੇ ਰੱਖੀਏ ਡੋਰੀ। ਕਾਨੂੰ ਮਨ ਸੋਚਾਂ ਵਿੱਚ ਪਾ ਲਿਆ, ਪੀਰ ਤੇ ਰੱਖੀਏ ਡੋਰੀ। ਭਾਗਣ ਵਾਂਗੂ ਰੱਖ ਤਸੱਲੀ, ਭਾਗਣ ਵਾਂਗੂ ਰੱਖ ਤਸੱਲੀ। ਉਹ ਜਿਹਨੇ ਅੰਸਰ ਝੋਟੀਆਂ ਦਾ ਦੁੱਜ ਪਿਆ ਲਿਆ, ਪੀਰ ਤੇ ਰੱਖੀਏ ਡੋਰੀ। ਕਾਨੂੰ ਮਨ ਭਰਮਾਂ ਵਿੱਚ ਪਾ ਲਿਆ, ਪੀਰ ਤੇ ਰੱਖੀਏ ਡੋਰੀ। ਫੇਰੂ ਵਾਂਗੂ ਰੱਖ ਤਸੱਲੀ, ਫੇਰੀ ਵਾਂਗੂ ਰੱਖ ਤਸੱਲੀ। ਉਹ ਜਿਹਨੇ ਕਾਇਆ ਦਾ ਰੋਗ ਗਵਾ ਲਿਆ, ਪੀਰ ਤੇ ਰੱਖੀਏ ਡੋਰੀ। ਕਾਨੂੰ ਮਨ ਭਰਮਾਂ ਵਿੱਚ ਪਾ ਲਿਆ, ਪੀਰ ਤੇ ਰੱਖੀਏ ਡੋਰੀ। ਤਿੰਮੋ ਵਾਂਗੂ ਰੱਖ ਤਸੱਲੀ, ਤਿੰਮੋ ਵਾਂਗੂ ਰੱਖ ਤਸੱਲੀ। ਜਿਹਨੇ ਮੋਇਆ ਹੋਇਆ ਪਤੀ ਜਵਾਲਾ, ਪੀਰ ਰੱਖੀਏ ਡੋਰੀ। ਕਾਨੂੰ ਮਨ ਸੋਚਾਂ ਵਿੱਚ ਪਾ ਲਿਆ, ਪੀਰ ਤੇ ਰੱਖੀਏ ਡੋਰੀ। ਗੌਰਾਂ ਵਾਂਗੂ ਰੱਖ ਤਸੱਲੀ, ਗੌਰਾਂ ਵਾਂਗੂ ਰੱਖ ਤਸੱਲੀ। ਉਹ ਜਿਹਨੇ ਮੋਏ ਹੋਏ ਲਾਲ ਖਲਾ ਲਿਆ, ਪੀਰ ਤੇ ਰੱਖੀਏ ਡੋਰੀ। ਕਾਨੂੰ ਮਨ ਸੋਚਾਂ ਵਿੱਚ ਪਾ ਲਿਆ, ਪੀਰ ਤੇ ਰੱਖੀਏ ਡੋਰੀ। ਸਤਸੰਗਤ ਜੀ, ਜ਼ਿੰਦਗੀ ਵਿੱਚ ਬਹੁਤ ਸਾਰਾ ਸਮਾਂ ਇਸ ਤਰ੍ਹਾਂ ਦਾ ਆ ਜਾਂਦਾ ਹੈ ਕਿ ਦੁੱਖ ਪਰੇਸ਼ਾਨੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਹਨ ਅਤੇ ਇਨਸਾਨ ਨੂੰ ਕੋਈ ਵੀ ਰਸਤਾ ਨਜ਼ਰ ਨਹੀਂ ਆਉਂਦਾ। ਕਈ ਵਾਰੀ ਮਨ ਤਾਂ ਆਤਮ ਹੱਤਿਆ ਕਰਨ ਤੱਕ ਵੀ ਚਲਿਆ ਜਾਂਦਾ ਹੈ, ਪਰ ਆਪਾਂ ਨੂੰ ਕੋਈ ਵੀ ਗਲਤ ਖਿਆਲ ਆਪਣੇ ਮਨ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ। ਆਪਾਂ ਜਿਸ ਦੇ ਵੀ ਲੜ ਲੱਗੇ ਹਾਂ, ਜਿਹੜੇ ਵੀ ਪੀਰ ਫਕੀਰ ਨੂੰ ਮੰਨਦੇ ਹਾਂ ਜਾਂ ਜਿਹੜੇ ਵੀ ਆਪਾਂ ਗੁਰੂ ਨੂੰ ਮੰਨਦੇ ਹਾਂ, ਉਹਦੇ 'ਤੇ ਡੋਰੀ ਰੱਖਣੀ ਚਾਹੀਦੀ ਹੈ, ਉਹਦੇ 'ਤੇ ਯਕੀਨ ਰੱਖਣਾ ਚਾਹੀਦਾ ਹੈ। ਅਖੀਰ ਸਾਡੇ ਪੀਰੋ ਮੁਰਸ਼ਦ, ਸਾਡੇ ਗੁਰੂ ਨੇ ਹੀ ਸਾਡੇ ਬੇੜੇ ਬੰਨੇ ਲਾਉਣੇ ਹੁੰਦੇ ਹਨ। ਸੋ ਆਪਣੇ ਪੀਰ 'ਤੇ ਯਕੀਨ ਜ਼ਰੂਰ ਰੱਖਿਆ ਕਰੋ, ਤਾਂ ਹੀ ਸਾਡੀਆਂ ਬੇੜੀਆਂ ਪਾਰ ਹੋ ਸਕਦੀਆਂ ਹਨ। ਸੋਚਣ ਨਾਲ ਕੁਝ ਨਹੀਂ ਬਣਨਾ। ਸੋ ਅੱਜ ਤੋਂ ਹੀ ਆਪਣੇ ਪੀਰੋ ਮੁਰਸ਼ਦ 'ਤੇ ਯਕੀਨ ਕਰੋ, ਭਰੋਸਾ ਕਰੋ ਅਤੇ ਸੱਚੇ ਮਨ ਦੇ ਨਾਲ ਉਹਦੀ ਬੰਦਗੀ ਕਰਦੇ ਰਹੋ। ਤੁਹਾਡੀਆਂ ਸਾਰੀਆਂ ਮੁਰਾਦਾਂ ਜ਼ਰੂਰ ਪੂਰੀਆਂ ਹੋ ਜਾਣਗੀਆਂ।